ਜਿਹਨੂੰ ਮਾਫੀਆਂ ਦੇ ਕੇ ਖੁਸ਼ੀਆਂ ਵਿੱਚ ਕਰ ਜੇ ਤਾਂ ਸ਼ਰੀਕ ਛੁੜੀ ਵੇ ਉਹਦੇ ਮਗਰ ਨਾ ਮਹਿਣਿਆਂ ਦਾ ਉਹ ਕਲਾ ਵਸਣੀ ਛੁੜੀ ਵੇ ਕਹਿੰਦੀ ਆਸ ਦੀ ਚੌਦਵੀਂ ਬੇਲ ਮਿਲਿਆ ਕਰ ਤੈਬ ਤਰੀਕ ਸਜਣਾ ਦੇ ਸੱਤ ਤੇ ਬਾਜ ਵਜਣਾ ਇਹ ਜ਼ਿੰਦਗੀ ਦਾ ਮਸ਼ਹੂਰ ਹੈ ਚੜ ਵਜਣਾ ਸਾਜ ਦੀ ਸਹੂਲੀ ਤੇ ਮੇਰਾ ਦਿਲ ਵੀ ਇੱਕ ਮਨਸੂਬਾ ਆਏ ਬਣ ਗਿਆ ਸਬਬ ਵੀ ਛੋੜਿਆ ਇਹ ਹੋ ਪਿਆ ਤੈਬ ਕਸੂਰ ਹੈ ਮਲ ਮਲ ਤੂੰ ਨਫ਼ਰਤ ਡੋਲ ਨੂੰ ਹਾ ਮਖਮਲ ਵਿੱਚ ਭੋਲ ਤੂੰ ਕੀ ਹਾਏ 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 ਕਿਆ ਬਾਤ ਸਵਾਲ ਨਾ ਮੈਂ ਦੋੜੇ ਸੁਣਾਉਣੇ ਨੇ ਤੇਰੀ ਮਖਮਲ ਵਿੱਚ ਭੋਲ ਵਾਹ ਵਾਹ ਦਾ ਹੁਕਮ ਹੈ ਕਿੱਥੇ ਪਈਏ ਪਈ ਰਹੇ ਹੁਣ ਨਾ ਕਰੀ ਸਦੋ ਭਾਈ ਪਾਲ ਮਨ ਤੋਂ ਫਟਾਇਆ ਹੋਰ ਖਿਆਲ ਮਨ ਤੋਂ ਫਟਾਇਆ ਪਰ ਛੋੜ ਖਿਆਲ ਸੁਆ ਦੇ ਜਿੱਦਾਂ ਹੰਜ ਰਲ ਗਈ ਤਾਂ ਆ ਵੇਖੀ ਕਿਵੇਂ ਬਣਦੇ ਆ ਵੇਖੀ ਕਿਵੇਂ ਬਣਦੇ ਨੇ ਬੁਨਿਆ ਬਾਜ ਚੜਦੀ ਨਹੀਂ ਮਿਹਰਬਾਨੀ ਜੀ ਬਹੁਤ ਕਿਵੇਂ ਬੁਨਿਆ ਬਾਜ ਚੜਦੀ ਨਹੀਂ ਕਦੀ ਪਈ ਪਈ ਸਰਦ ਮਕਈ ਉਹਨੇ ਵਾਂਗੂ ਹਿੰਜਰ ਦੀ ਚਟੜੀ ਵਿੱਚ ਬੁਜ ਸਾਧਨ ਗਰੀਬ ਦੀ ਤਜਰਬੇ ਨਾਲ ਗੱਲ ਹੁੰਦੀ ਜਿਹੜੀ ਮੈਂ ਹੁਣ ਕਰੂੰ ਆਉਂ ਜਿਵੇਂ ਅੱਗ ਦੇ ਸੇਬ ਤੇ ਦੁਖਦੀ ਹੈ ਚੱਕਾ ਜੱਟ ਇੱਕ ਸਿੰਨੀ ਲਈ ਉਹਨੇ ਵਾਂਗੂ ਮੇਰੀਆਂ ਹੱਡੀਆਂ ਦੇ ਅੱਜ ਦੋ ਦਾ ਰੰਗ ਸੁਰਮ ਉਹ ਯਾਰ ਜਿੱਦਾਂ ਹੱਡੀਆਂ ਸਾੜ ਕੇ ਹੋਕੀ ਆਉ ਕਈ ਸਿਰ ਤੋਂ ਵੇਲ ਸੁਆ ਹੱਡੀਆਂ ਸਾੜ ਕੇ ਹੋਕੀ ਆਉ ਕਈ ਸਿਰ ਤੋਂ ਵੇਲ ਸੁਆ ਉਹਦਾ ਕਿਉਂ ਨਾ ਕੀਤੀ ਚੰਦ ਡੋਲਾ ਮਹਿਸੂਸ ਤਰੇਲ ਸੁਆ ਤੇਰਾ ਨਾਂ ਨਹੀਂ ਬਣਦਾ ਨਾਂ ਨਹੀਂ ਬਣਦਾ ਉਹ ਤੂੰ ਨਾ ਢੇਰੀ ਵੇਲ ਸੁਆ ਉਹ ਤਾਂ ਉੱਡ ਕੇ ਗੱਲ ਚ ਪਾਇਆ ਜਾਵੀ ਮੇਰਾ ਸੱਜਣ ਉਸ ਵਕਤ ਦਾ ਬੋਲਣ ਮੁਹਾਲ ਜਿਵੇਂ ਵਖਤਾਂ ਢਲਿਆ ਤਖ਼ਤ ਖਸੀ ਗਏ ਉਸ ਵਕਤ ਦਾ ਬੋਲਣ ਮੁਹਾਲ ਹੁਣ ਕਦੀ ਨੀ ਦੱਸਿਆ ਸ਼ਾਹ ਮੂੰ ਜਦੋਂ ਮੁਕਰ ਜੁਗਾਏ ਭਾਈ ਉਸ ਵਕਤ ਦਾ ਬੁਲਣ ਮੁਹਾਲ ਹੈ ਹੁਣ ਕਦੀ ਨੀ ਦੱਸਿਆ ਸ਼ਾਹ ਮੂੰ ਜਦੋਂ ਮੁਕਰ ਜੁਗਾਏ ਭਾਈ ਇਹ ਸਾਇਦ ਬੁਲਾਣੀ ਦੇਂਦਾ ਹੈ ਅੱਜ ਮੈਂ ਅਲੀ ਮੁਲਕ ਮਿਸਾਲ ਮਿਸਾਲ ਫੁੱਟੇ ਸਜਣ ਦੇ ਲੋਕੇ ਇੰਜ ਲੱਗਦਾ ਹੈ ਭਾਈ ਕੀ ਨਹੀਂ ਮੁੰਡੇ ਤੈਨੂੰ ਵੇਖ ਕੇ ਮੁਲਕ ਦੀ ਭੀੜ ਦੇ ਵਿੱਚ ਪਿੱਛਾ ਉੱਠ ਕੇ ਜਦਾਂ ਝਾੜੀਆਂ ਦੋਸ ਬਣੀਆਂ ਨਹੀਂ ਤੁਹਾਡੇ ਵਾਸਤੇ ਨਾ ਸਦੋਂ ਵਾਸਤੇ ਅਲੱਗ ਰਹੇ ਸੀ ਨਹੀਂ ਸਰ ਤੁਸੀਂ ਵੱਡੇ ਵੱਡੇ ਹੋ ਸਰ ਜੇ ਸਦੇ ਮੈਂ ਗੱਲ ਕਰੂੰ ਦਦਣ ਦੀ ਮੈਂ ਗੱਲ ਕਰੂੰ ਮੇਰੀ ਆਸ ਤੇ ਜਿਸਮ ਤੇ ਗੀਰਾ ਹੀ ਗੀਰਾ ਉਹ ਵੀ ਨਮਨ ਨਮਨ ਪਰਦਾ ਆਹ ਕੀ ਬਾਤ ਹੈ ਕੀ ਬਾਤ
کیا بات بہت اعلی میری آس تے جسم تے دیر ائی دیر نہیں دیر او بھی نواں نواں پردہ دار ڈرنا سالا بعد سجن جتھے سجے آئے او بازار ہائے ہائے او بازار او بازار اقرار نو مڑ دستار بنا اس گیتا تیار تیار ہے ایو سوچیا ون کے ویکھاں کیویں لگدا لوڑ مٹیندیا واہ قسمت پوری عمر تین یاد تو میری پوری طرح کر لیکن میں کوشش کر رہا کہ ہٹ اتنے ہو کے یاد آ جائے یار میں جناب نہیں شاید جہان وسے غریب پرور کون یہ شاید جہان وسے غریب پرور نواب نہیں یار دتے گئے انو مائیں ٹھکانے واہ اج میں کچھ نہیں اولاد دے با واہ دتے گئے انو میں بڑے ٹھکانے اج کچھ نہیں اولاد دے گناہ ہم اس لیے ثواب نہیں نہیں اللہ نہیں ہے واہ بھائی واہ میں عزت ماں تھوڑا کے سکل بویاں میں شیرا کھڑا لا میں عزت ماں نہیں دتے گئے انو مائیں ٹھکانے اج میں کچھ نہیں اولاد دے بانے گناہ ہم اس لیے ثواب نہیں لوگ چیتا گریا ہوئے میں ہاں پر گلاب میں تو گریا فل تے ہاں پر گلاب بہت یار میری ہستی نہ کہہ سی جانی رول کے ور کے دی ہاں کہانی اجے تا ہستی رس دے کول دی ہاں میں لکھن تا ہانی ہے ورنہ او دا اپنے اپ تو اپ دی ہاں کو جوڑ دی نشانی او دا اپنے اپ جو اپ دی او دے جوڑ نشانی ہاں بننا لگوان نہ لالچے دو تصویر ہاں چا دے تن پرانی ہاں بننا پھر اللہ کے پاک بھائی والیاں دی اکھی بوجھ نہیں مانی میری ہستی نہ کہانی
ਮੇਰੇ ਮਰਨ ਤੋਂ ਬਾਅਦ ਕਹਾਣੀਆਂ ਦੇ ਸਿਰ ਜਦਨ ਕੁਝ ਟੁੱਟੇ ਨਹੀਂ ਦੇ ਹੋਏ ਤਾਂ ਹੋ ਸਕਦਾ ਇਹ ਕੋਈ ਨੀ ਜੇਤਾ ਸਦਰਾਂ ਦੇ ਬੁੱਤ ਕਹਿੰਦਿਆਂ ਕਦਮਾਂ ਮੁੱਠੇ ਬਸ ਆਏ ਨਹੀਂ ਬੋਲਿਆ ਤੂੰ ਡੋਲਾ ਮੇਰੇ ਇਸੇ ਨੇ ਕਹੇ ਸੀ ਜਾਣੀ ਡੋਲ ਕੇ ਵਰਕੇ ਦੀ ਹਾਂ ਕਹਾਣੀ ਕਹਾਣੀਆਂ ਦੀ ਕਿਤਾਬ ਨਹੀਂ ਇਸੇ ਦਿਨ ਮੈਂ ਇੱਕ ਹੋਰ ਦੱਸ ਜਨਾਬ ਦੇ ਨਜ਼ਰ ਕਿ ਮੁੱਖ ਮਿਟ ਗਈਆਂ ਤੇਰੀਆਂ ਮੁੱਖ ਮਿਟ ਗਈਆਂ ਲਹਿਲ ਹੋ ਗਏ ਥੱਕ ਖੁੱਟ ਪਈਆਂ ਰੋਂਦੇ ਅੱਖੀ ਰਲ ਮਿਲ ਗਏ ਹਨ ਖਾ ਕੇ ਮੁੱਖ ਮਿਟ ਗਈਆਂ ਤੇਰੀਆਂ ਤਾਂਗਾ ਜਲ ਜੋਲ ਬੈਠਾ ਮਨ ਮੋਲ ਬੈਠਾ ਅੱਜ ਪੈਗਾਮ ਅਖੀਰਲਾ ਗਲੇ ਆਏ ਹੋਰ ਬੜੀ ਮਿਹਰਬਾਨੀ।